ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਪੈਟਰੋਲ ਡੀਜ਼ਲ ਹੋਇਆ ਸਸਤਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਦੇ ਸ਼ੇਅਰ ਵੀ ਕਰ ਦੇਣਾ ਕੋਮਤਾਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤਾਂ 'ਚ ਵਾਧਾ ਹੋ ਗਿਆ ਹੈ ਟਵਰਸਪੀਰੀ ਦੇ ਕਰੀਬ 7 ਵਜੇ ਡਬਲ ਯੂ ਆਈ ਕਰੂਡ 77.01 ਡਾਲਰ ਪ੍ਰਤੀ ਬੈਰਲ ਤੇ ਵਿਕ ਰਿਹਾ ਹੈ ਇਸ ਦੇ ਨਾਲੇ ਬ੍ਰੈਂਡ ਕਰੂਡ 83.55 ਪ੍ਰਤੀ ਬੈਰਲ ਤੇ ਵਿਕ ਰਿਹਾ ਹੈ ਦੇਸ਼ ਦੀਆਂ ਤੇਲ ਮਾਰਕਟਿੰਗ ਕੰਪਨੀਆਂ ਜੀ ਹਾਂ ਨਾ ਪੈਟਰੋਲ ਤੇ ਡੀਜ਼ਲ ਦੀ ਤਾਜ਼ਾ ਕੀਮਤਾਂ ਸਾਰੀ ਕਰ ਦਿੱਤੀਆਂ ਨੇ ਭਾਰਤ ਦੇ ਵਿੱਚ ਹਰ ਰੋਜ਼ ਸਵੇਰੇ 6 ਵਜੇ ਇੰਨੀਆਂ ਕੀਮਤਾਂ ਚ ਸੂਚੀ ਦਿੱਤੀ ਜਾਂਦੀ ਹੈ ਜੂਨ 2017 ਤੋਂ ਪਹਿਲਾਂ ਕੀਮਤ ਅਸੂਧਨ ਹਰ ਦਿਨ 15 ਦਿਨ ਬਾਅਦ ਕੀਤਾ ਜਾਂਦਾ ਸੀ ਵਿਹਾਰਜ ਪੈਟਰੋਲ 48 ਪੈਸੇ ਤੇ ਡੀਜ਼ਲ 45 ਪੈਸੇ ਮਹਿੰਗਾ ਹੋ ਗਿਆ ਹੈ ਮਹਾਰਾਸ਼ਟਰ ਦੇ ਪੈਟਰੋਲ 96 ਪੈਸੇ ਤੇ ਡੀਜ਼ਲ 99 ਪੈਸੇ ਮਹਿੰਗਾ ਹੋ ਗਿਆ ਹੈ ਪੰਜਾਬ ਚ ਪੈਟਰੋਲ ਪੰਜਾਬ ਪੈਸੇ ਤੇ ਡੀਜ਼ਲ 47 ਪੈਸੇ ਸਸਤਾ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਰਾਜਸਥਾਨ ਕੇਰਲ ਗੋਆ ਛਤੀਸਗੜ੍ਹ ਤੇ ਅਸਾਮ ਦੇ ਵਿੱਚ ਪੈਟਰੋਲ ਮਹਿੰਗਾ ਹੋ ਗਿਆ ਹੈ ਦੂਜ ਸਸਤਾ ਹੋ ਚੁਕਿਆ ਹੈ ਜੀ ਹਾਂ ਮਾਝਾ ਪ੍ਰਦੇਸ਼ ਦੇ ਪੈਟਰੋਲ ਤੇ ਤਿੰਨ ਪੈਸੇ ਤੇ ਡੀਜ਼ਲ 57 ਬੇ ਸਸਤਾ ਹੋ ਗਿਆ ਇਸ ਦਿਨ ਵਾਲੇ ਹਰਿਆਣਾ ਗੁਜਰਾਤ ਤੇ ਕਰਨਾਟਕ ਚ ਵੀ ਪੈਟਰੋਲ ਤੇ ਡੀਜ਼ਲ ਦੇ ਰੇਟ ਘਟੇ ਹੋਏ ਨੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦਰ ਦਸੋ ਤੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਦੂਡਾ ਬਹੁਤ ਬਹੁਤ ਧੰਨਵਾਦ